के असले की तस्करी करने वाले जिहड़े मुजरिम तुसीं फड़े हैगे आ की मॉडल सिक्योरिटी सी इहनां दी पुलिस दी की कार्रवाई हैगी है बरामद कीती है ਸਾਡੇ ਐਸ ਐਸ ਪੀ ਸਾਹਿਬ ਡੀ ਜੀ ਸਰ ਵੱਲੋਂ ਬਹੁਤ ਸਖਤ ਹਦਾਇਤਾਂ ਹੀ ਜਿਹਦੇ ਵਿੱਚ ਨਸ਼ੇ ਦੇ ਬਾਰੇ ਜਾਂ ਨਜਾਇਜ਼ ਅਸਲੇ ਬਾਰੇ ਬਿਲਕੁਲ ਸਾਡੀ ਪੁਲਿਸ ਜਿਹੜੀ ਹੈ ਸਤਰਕ ਆ ਬਹੁਤ ਵਧੀਆ ਕੰਮ ਸੀ ਆਈ ਏ ਸਟਾਫ ਔਰ ਡੀ ਐਸ ਪੀ ਡੀ ਜੋ ਇਹਨਾਂ ਦੀ ਟੀਮ ਨੇ ਕੀਤਾ ਇਹ ਜਿਹੜੇ ਯੂ ਪੀ ਤੋਂ ਅਸਲਾ ਲੈ ਕੇ ਆਏ ਸੀ ਸਾਨੂੰ ਕਿਸੇ ਮੁਖਬਰ ਖਾਸ ਨੇ ਦੱਸਿਆ ਕਿ ਭਗਵਾਨ ਦਾਸ ਅਤੇ ਆਪਣੇ ਭਗਵਾਨ ਦੀਨ ਅਤੇ ਰਿੰਕੂ ਇਹਨਾਂ ਕੋਲ ਜਿਹੜਾ ਨਜਾਇਜ਼ ਅਸਲਾ ਹੈਗਾ ਮਤਲਬ ਪਿਸਟਲ ਹੈਗਾ ਜੇ ਤੁਸੀਂ ਹੁਣ ਹੀ ਰੇਡ ਕਰੋ ਤਾਂ ਤੁਹਾਨੂੰ ਇਹ ਜਿਹੜਾ ਮਿਲ ਸਕਦਾ ਉੱਥੇ ਚੰਦਰ ਪ੍ਰਕਾਸ਼ ਜਿਹੜਾ ਕਿ ਪਠਾਨਕੋਟ ਦਾ ਸੀਗਾ ਜਦੋਂ ਅਸੀਂ ਰੇਡ ਕੀਤਾ ਤਾਂ ਭਗਵਾਨ ਦਾਸ ਅਤੇ ਰਿੰਕੂ ਚੰਨਨ ਦਾਸ ਜਿਹੜਾ ਕਿ ਪਠਾਨਕੋਟ ਦਾ ਰਹਿਣ ਵਾਲਾ ਇਹ ਜਿਹੜੇ ਦੋਨੋਂ ਹੈਗੇ ਆ ਇੱਕ ਯੂ ਪੀ ਅਤੇ ਇੱਕ ਐੱਮ ਪੀ ਦੇ ਹੈਗੇ ਨੇ ਉੱਥੇ ਇਹਨਾਂ ਕੋਲ ਸਾਨੂੰ ਜਿਹੜਾ ਉਹ ਪਿਸਟਲ ਮਿਲ ਗਿਆ ਅਤੇ ਇਹਨਾਂ ਕੋਲ ਰੌਂਦ ਵੀ ਮਿਲ ਗਏ ਚਾਰ ਅਤੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਅੱਗੇ ਇਹਨਾਂ ਨੇ ਇੱਕ ਹੋਰ ਜਿਹੜਾ ਪਿਸਟਲ ਵੇਚਿਆ ਸੀਗਾ ਜਿਹੜੀ ਅਲੀ ਪੁੱਛਗਿੱਛ ਦੇ ਵਿੱਚ ਆਇਆ ਇੱਥੇ ਦੇ ਸਤੀਸ਼ ਮਹਾਜਨ ਹੈ ਜੋ ਸ਼ਿਵ ਸੈਨਾ ਦੇ ਹੈਗੇ ਆ ਉਹਨਾਂ ਦਾ ਨਾਂ ਵੀ ਆਇਆ ਕਿ ਉਹਨਾਂ ਨੇ 5500 ਰੁਪਏ 'ਚ ਜਿਹੜਾ ਇਹਨਾਂ ਨੇ ਪਿਸਟਲ ਖਰੀਦਿਆ ਕੱਟਾ ਦੇਸੀ ਜਿਹੜਾ ਹੁੰਦਾ ਅਤੇ ਦੋ ਰੌਂਦ ਖਰੀਦੇ ਇਹਨਾਂ ਦੀ ਹਾਲੇ ਪੁੱਛਗਿੱਛ ਚੱਲ ਰਹੀ ਆ ਸਰਚ ਦੌਰਾਨ ਹਾਲੇ ਆਪਾਂ ਜੋ ਵੀ ਔਰ ਕਵਰੀ ਕਰਾਂਗੇ ਤਾਂ ਇਹਨਾਂ ਨੂੰ ਵੀ ਦੇ ਵਿੱਚ ਨਾਮਜ਼ਦ ਕਰਕੇ ਉਹ ਉਹਨਾਂ ਦੀ ਨਾਲ ਹੀ ਪੁੱਛਗਿੱਛ ਚੱਲ ਰਹੀ ਆ ਵੀ ਕਿਉਂ ਲਿਆ ਸੀਗਾ ਉਹਨਾਂ ਨੇ ਕੀ ਕਰਨਾ ਸੀਗਾ ਹਾਲੇ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਰਿਮਾਂਡ ਲਵਾਂਗੇ ਜਿਹੜੇ ਵੀ ਅੱਗੇ ਕੋਈ ਵੀ ਤੱਥ ਆਣਗੇ ਉਹ ਤੁਹਾਨੂੰ ਦੱਸੇ ਜਾਣਗੇ ਸਰ ਹਾਲੀ ਤਾਂ ਨਹੀਂ ਇੱਦਾਂ ਦੀ ਚੀਜ਼ ਕੋਈ ਆਈ ਪਰ ਫਿਰ ਵੀ ਆਪਾਂ ਚੈੱਕ ਕਰ ਰਹੇ ਨੇ ਸਾਰੇ ਕਿ ਹੋਰ ਕੋਈ ਐੱਫ ਆਈ ਆਰ ਤਾਂ ਨਹੀਂ ਲੌਜ ਹੋਈ ਆ ਇਹਨਾਂ ਦਾ ਕੀ ਮਕਸਦ ਸੀਗਾ ਇਹ ਪਿਸਟਲ ਮੰਗਾਉਣ ਦਾ ਇਹ ਸਾਰੀ ਸਾਡੀ ਪੁੱਛਗਿੱਛ ਚੱਲ ਰਹੀ ਹੈ।